इन्हों का ब्याह इधर आके होया, जन्म ही साडा इत्थे दा आ, ते ये दसदे हुंदे सी कि साडा भतीजा रह गया। ਉਹਦਾ ਨਾਂ ਹੁਣ ਤਾਂ ਜਿਹੜਾ ਉਹਨੇ ਰੱਖਿਆ ਮੁਹੰਮਦ ਖਾਲਕ, ਪਰ ਸਾਡਾ ਨਾਂ ਤਾਂ ਮੋਹਨ ਸਿੰਘ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਟਾਰ ਕੈਨੇਡਾ ਟੀਵੀ, ਮੈਂ ਸੋਨੀਆ। ਪਾਕਿਸਤਾਨ 'ਚ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ 'ਚ ਦੋ ਪਰਿਵਾਰਾਂ ਦਾ ਮਿਲਾਪ ਹੋਇਆ ਜੋ 75 ਸਾਲ ਪਹਿਲਾਂ ਵਿਛੜ ਚੁੱਕੇ ਸੀ। ਤੁਹਾਨੂੰ ਦੱਸ ਦਈਏ, ਜਲੰਧਰ ਦੇ ਨੇੜੇ ਰਹਿਣ ਵਾਲੇ 92 ਸਾਲ ਦੇ ਬਜ਼ੁਰਗ ਸਰਵਨ ਸਿੰਘ, ਜੋ ਕਿ ਭਾਰਤ ਪਾਕਿਸਤਾਨ ਦੀ ਵੰਡ ਦੇ ਦੌਰਾਨ ਆਪਣੇ ਭਰਾ ਅਤੇ ਪਰਿਵਾਰ ਅਤੇ ਹੋਰ ਮੈਂਬਰਾਂ ਨਾਲ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਵਸੇ ਸੀ, ਲੇਕਿਨ ਅੱਜ ਵੀ ਬਜ਼ੁਰਗ ਨੂੰ ਇਸ ਵੰਡ ਦਾ ਮਲਾਲ ਹੈ, ਕਿਉਂਕਿ ਇਸ ਵੰਡ ਦੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਮਾਰਿਆ ਗਿਆ ਸੀ ਅਤੇ ਇੱਕ ਭਤੀਜਾ ਮੋਹਨ ਸਿੰਘ, ਜਿਸ ਦੀ ਉਮਰ ਉਸ ਵਕਤ 6 ਸਾਲ ਦੀ ਸੀ, ਉਹ ਪਾਕਿਸਤਾਨ ਭਾਰਤ ਦੀ ਵੰਡ ਦੇ ਦੌਰਾਨ ਹੀ ਗੁੰਮ ਹੋ ਗਿਆ ਸੀ। ਅਤੇ ਬਜ਼ੁਰਗ ਸਰਵਨ ਸਿੰਘ ਦਾ ਕਹਿਣਾ ਹੈ ਕਿ ਪਿਛਲੇ 75 ਸਾਲ ਤੋਂ ਉਹ ਆਪਣੇ ਭਤੀਜੇ ਦੀ ਭਾਲ ਦੇ ਵਿੱਚ ਸਨ, ਲੇਕਿਨ ਕੋਈ ਅਤਾ ਪਤਾ ਨਹੀਂ ਮਿਲਿਆ। ਲੇਕਿਨ ਕੁਝ ਸਾਲ ਪਹਿਲਾਂ ਹੀ ਕੈਨੇਡਾ ਅਤੇ ਮੁੜ ਪੰਜਾਬ 'ਚ ਕੁਝ ਲੋਕਾਂ ਨੇ ਉਸਦੀ ਇੰਟਰਵਿਊ ਕੀਤੀ ਅਤੇ ਜਦੋਂ ਉਹਨਾਂ ਨੇ ਆਪਣਾ ਦਰਦ ਅਤੇ ਵਿਛੋੜਾ ਬਿਆਨ ਕੀਤਾ ਤਾਂ ਉਹਨਾਂ ਨੂੰ ਅਖੀਰ ਦੇ ਵਿੱਚ ਮੋਹਨ ਸਿੰਘ ਤਾਂ ਮਿਲਿਆ, ਲੇਕਿਨ ਉਹ ਉੱਥੇ ਮੋਹਨ ਸਿੰਘ ਨਹੀਂ ਬਲਕਿ ਅਬਦੁਲ ਖਾਲਿਕ ਹੈ ਅਤੇ ਉਸਦਾ ਉੱਥੇ ਇੱਕ ਵੱਡਾ ਪਰਿਵਾਰ ਹੈ। ਅਤੇ ਅਖੀਰ ਇਹ ਦੋਵੇਂ ਚਾਚਾ ਭਤੀਜਾ ਪਾਕਿਸਤਾਨ ਦੀ ਧਰਤੀ ਸ਼੍ਰੀ ਗੁਰੂ ਕਰਤਾਰਪੁਰ ਸਾਹਿਬ ਦੇ ਵਿੱਚ ਇਕੱਠੇ ਹੋਏ ਅਤੇ ਬਜ਼ੁਰਗ ਸਰਵਨ ਸਿੰਘ ਦੇ ਨਾਲ ਉਹਨਾਂ ਦੀ ਬੇਟੀ ਵੀ ਮੌਜੂਦ ਸੀ, ਜਿਨ੍ਹਾਂ ਨੇ ਕਿਹਾ ਕਿ ਜਦ ਉਹ ਦੋਵੇਂ ਪਰਿਵਾਰ ਮਿਲੇ ਤਾਂ ਉਸ ਸਮਾਂ ਇੱਕ ਵੱਖਰਾ ਅਹਿਸਾਸ ਸੀ ਅਤੇ ਖੁਸ਼ੀ ਦੇ ਪਲ ਸਨ। ਹੁਣ ਉਹਨਾਂ ਦਾ ਬਾਕੀ ਪਰਿਵਾਰ ਜੋ ਕੈਨੇਡਾ ਵਿੱਚ ਆ, ਉਹ ਵੀ ਪਾਕਿਸਤਾਨ ਜਾਣਗੇ ਅਤੇ ਮਿਲ ਕੇ ਆਉਣਗੇ। ਹਾਂਜੀ ਹਾਂਜੀ, ਇਹਨਾਂ ਨੂੰ ਤਾਂ ਜਦੋਂ ਤਾਂ ਕਰਦੇ ਹੁੰਦੇ ਸੀ ਗੱਲਾਂ ਕਹਿਣਾ, ਉਹ ਰਹਿ ਗਿਆ ਸ਼ੁਰੂ ਤੋਂ। ਜਦੋਂ ਅਸੀਂ ਤਾਂ ਛੋਟੇ ਸੀ, ਸਾਡਾ ਤਾਂ ਹੁਣ ਇਹਨਾਂ ਦਾ ਵਿਆਹ ਇੱਧਰ ਆ ਕੇ ਹੋਇਆ, ਜਨਮ ਹੀ ਸਾਡਾ ਇੱਥੇ ਦਾ ਆ, ਅਤੇ ਇਹ ਦੱਸਦੇ ਹੁੰਦੇ ਸੀ ਕਿ ਸਾਡਾ ਭਤੀਜਾ ਰਹਿ ਗਿਆ। ਸਾਨੂੰ ਵੀ ਹੁੰਦਾ ਸੀ ਕਿ ਸਾਡੀ ਭੈਣ ਦਾ ਭਰਾ ਆ, ਮਿਲ ਜਾਵੇ। ਮਨ 'ਚ ਹੁੰਦਾ ਸੀ ਕਿ ਉਹਦਾ ਇਸ ਵੇਲੇ ਹੈ ਨਹੀਂ ਕੋਈ, ਚਲੋ ਉਹਨੂੰ ਮਿਲਣਾ ਚਾਹੀਦਾ ਇੱਕ ਵਾਰੀ, ਉਹਦਾ ਭਰਾ ਸਾਰਿਆਂ ਨੂੰ ਸਾਡੇ ਪਰਿਵਾਰ ਨੂੰ ਸੀਗੀ ਆਸ ਕੇ ਮਿਲੂਗਾ। ਚਲੋ ਮਿਲ ਪਿਆ, ਭੈਣ ਭਰਾ ਮਿਲ ਪੈਣਗੇ ਆਪਸ ਵਿੱਚ। ਬੜਾ ਲੰਬਾ ਅਰਸਾ ਲੱਗਾ। ਹਾਂਜੀ ਹਾਂਜੀ, ਬਹੁਤ ਚਿਰ ਲੱਗਾ। ਹਾਂਜੀ ਹਾਂਜੀ, ਉਹ ਤਾਂ ਇਹ ਆਏ ਕਰਕੇ ਤੇ ਉਹ ਮੂਵੀ ਬਣਾਈ ਸਾਡੇ ਰਣਜੀਤ ਤੇ ਮੁੰਡਾ ਪਿੰਡ ਨਹੀਂ ਜੇਤਾ ਕਿਹੜਾ ਉਹਦਾ। ਜੇ ਆਪਾਂ ਗੱਲ ਕਰੀਏ ਉੱਥੇ ਜਦੋਂ ਪਹੁੰਚਦੇ ਹੋ ਤੁਸੀਂ ਅੱਜ ਤੇ ਕਿਵੇਂ ਦਾ ਉੱਥੇ ਦੋ ਪਰਿਵਾਰ ਜਦੋਂ ਮਿਲੇ? ਹਾਂਜੀ ਹਾਂਜੀ, ਬੜੀ ਖੁਸ਼ੀ ਹੋਈ, ਬਹੁਤ ਸੋਹਣਾ ਮਿਲਿਆ। ਹਾਂਜੀ, ਬਹੁਤ ਸੋਹਣਾ ਲੱਗਾ। ਉਹਨਾਂ ਦਾ ਕਿੰਨੇ ਪਰਿਵਾਰ ਦੇ ਕਿੰਨੇ ਜੀ ਆਏ? ਉਹ ਤਾਂ ਬਹੁਤ ਜੀ ਆਏ ਉਸਨੇ, ਉਹ ਤਾਂ 20 ਜਣੇ ਆਏ ਹੋਣੇ ਆ, ਬੱਚੇ ਵੀ ਛੋਟੇ ਛੋਟੇ ਉਹਨਾਂ ਦੇ ਨਾਲ ਆਏ। ਉਹ ਤਾਂ ਕਾਫੀ ਪਰਿਵਾਰ ਆਇਆ ਸੀ, ਤਾਂ ਸਾਨੂੰ ਤਾਂ ਤਿੰਨਾਂ ਜਿਹੜਿਆਂ ਨੂੰ ਮਿਲੀ ਐਂਟਰੀ, ਮਤਲਬ ਕਿ ਚੌਥੇ ਤਿਆਰ ਸੀ ਉਹਨਾਂ ਨੂੰ ਨਹੀਂ ਦਿੱਤਾ, ਉਹਨਾਂ ਨੂੰ ਕਹਿੰਦੇ ਨਹੀਂ ਜਾ ਸਕਦੇ। ਹਾਂਜੀ, ਹੁਣ ਕੈਨੇਡਾ 'ਚ ਵੀ ਬੈਠੀ ਹੈ ਫੈਮਿਲੀ ਜਿਹੜੀ ਉਹਨਾਂ ਨੇ, ਕੈਨੇਡਾ ਵਾਲੀ ਫੈਮਿਲੀ ਤਾਂ ਤਿਆਰ ਆ। ਕੈਨੇਡਾ ਵਾਲੀ ਫੈਮਿਲੀ ਦਾ ਹੁਣ ਸਾਨੂੰ ਨਹੀਂ ਪਤਾ ਕਿੰਨੇ ਜਣਿਆਂ ਨੇ ਕਾਗਜ਼ ਭਰੇ ਆ, ਕਿੱਦਾਂ ਆ, ਹੁਣ ਜਾ ਕੇ ਪੁੱਛਾਂਗੇ ਕਿੰਨੇ ਜਣੇ ਆ। ਉਹ ਹੁਣ ਕੈਨੇਡਾ 'ਚ ਪਿਤਾ ਜੀ ਨੂੰ ਨਾਲ ਹੀ ਲੈ ਕੇ ਕੈਨੇਡਾ ਆਉਣਗੇ, ਕਿਉਂਕਿ ਇਹਨਾਂ ਨੂੰ ਆਪਣੇ ਪਿੰਡਾਂ ਦਾ ਚੇਤਾ, ਇਹਨੇ ਆਪਣੇ ਪਿੰਡ ਸਾਰੇ ਦਿਖਾਲਣੇ ਉਹਨਾਂ ਨੇ, ਹੁਣ ਦੇਖੋ ਕੀ ਕਰਦੇ ਆ। ਹਾਂਜੀ ਹਾਂਜੀ, ਮਦਰਸ ਉਹਨੇ ਚਾਦਰ ਦਾ ਕੀਤਾ, ਉਸ ਜਗ੍ਹਾ 'ਤੇ ਵੀ ਗਿਆ, ਫਿਰ ਲੰਗਰ ਛਕਿਆ, ਫਿਰ ਉਹ ਤਾਂ ਥੋੜ੍ਹੇ ਲੇਟ ਆਏ ਜੀ, ਇੱਦਾਂ ਦਾ ਰਿਹਾ। ਫਿਰ ਉਹ ਮਿਲ ਪਿਆ ਭਤੀਜਾ ਜੀ। ਕੀ ਨਾਂ ਜੀ ਭਤੀਜੇ ਆਪਣੇ ਦਾ? ਉਹਦਾ ਨਾਂ ਹੁਣ ਤਾਂ ਜਿਹੜਾ ਉਹਨੇ ਰੱਖਿਆ ਮੁਹੰਮਦ ਖਾਲਕ, ਪਰ ਸਾਡਾ ਨਾਂ ਤਾਂ ਮੋਹਨ ਸਿੰਘ ਸੀ। ਕਿੰਨੇ ਚਿਰ ਬਾਅਦ ਤੁਸੀਂ ਮਿਲੇ ਬਾਪੂ ਜੀ ਨੂੰ, ਭਤੀਜੇ ਨੂੰ? 75 ਸਾਲ ਬਾਅਦ। ਤੇ ਤੁਹਾਡਾ ਵਿਛੋੜਾ ਕਦੋਂ ਦਾ ਪਿਆ ਤਾ ਜੀ? ਸਾਡਾ ਜਦੋਂ ਪਾਕਿਸਤਾਨ ਬਣਿਆ, ਮੈਂ ਉਦੋਂ ਉਸ ਪਿੰਡ ਦੇ ਵਿੱਚੋਂ 20 ਦਿਨ ਪਹਿਲਾਂ ਇਹ ਦੂਜੇ ਪਿੰਡ 'ਚ ਆ ਗਿਆ ਸੀ। ਕਿਹੜਾ ਪਿੰਡ ਜੀ? ਉਹ ਸੀ 37-12, ਜਿੱਥੋਂ ਅਸੀਂ ਚੱਲੇ ਹਾਂ ਅਸਲੀ, ਜਿੱਥੇ ਸ਼ਹੀਦੀਆਂ ਹੋਈਆਂ, ਉਹ ਸੀ 37-12। ਮੈਂ ਜਿਹੜੇ ਭਰਾ ਦੋ ਮੇਰੇ ਨੀਲੀ 'ਚ ਰਹਿੰਦੇ ਸੀਗੇ 76 'ਚ, ਉਹਨਾਂ ਦੇ ਕੋਲ ਗਾਂ ਦਾ ਮੱਝ ਲੈ ਕੇ ਆਇਆ। ਆਪ ਮੈਂ ਘੋੜੀ 'ਤੇ ਸੀ ਅਤੇ ਬਗਾਰੀ ਜਿਹੜਾ ਸੀ ਉਹ ਮੱਝੇ ਪਸ਼ੂ ਹੱਕ ਦਾ ਸੀ, ਉਹ ਲੈ ਇੱਥੇ। ਫਿਰ ਮੇਰੇ ਭਰਾ ਨੇ ਨਹੀਂ ਮੁੜ ਦਿੱਤਾ, ਕਹਿੰਦਾ ਉੱਥੇ ਤਾਂ ਨੌਕਰ ਬਹੁਤ ਜ਼ਿਆਦਾ, ਮੇਰੇ ਕੋਲ ਨੌਕਰ ਹੈ ਨਹੀਂ, ਇਸੇ ਹੀ ਰਹਿ। ਇੱਥੋਂ ਫਿਰ ਗੱਡੀਆਂ 'ਚ ਮੈਂ ਭਰਾਵਾਂ ਦੇ ਨਾਲ ਆ ਗਿਆ। ਉਸ ਲਈ ਅਸੀਂ ਬਚੇ ਸੀਗੇ ਸਾਰੇ, ਇਹ ਦੋ ਭਰਾ, ਇੱਕ ਭਰਜਾਈ ਅਤੇ ਇੱਕ ਭਤੀਜੀ, 5 ਜੀ, ਅਤੇ ਜਿਹੜੇ ਮਰੇ ਆ ਉਹ ਉਸਨੇ ਮਰ ਗਿਆ ਸੀ 10, ਜਿਹੜੇ ਸਾਡੇ ਸਾਡੇ ਬਾਕੀ ਤਾਏ ਦੇ ਅਤੇ ਚਾਚੇ ਦੇ ਰਲਾ ਕੇ 22 ਮਰ ਗਿਆ, ਤਾਂ 23 ਮੈਂ ਮੋਹਨ ਬਚਦਾ ਸੀ। ਇਸ ਵੇਲੇ ਤੁਹਾਡੇ ਭਤੀਜੇ ਦੀ ਉਮਰ ਕਿੰਨੀ ਹੋਈ ਹੈ ਜੀ? ਭਤੀਜੇ ਦੀ ਉਮਰ 82 ਸਾਲ, ਮੈਨੂੰ 10 ਸਾਲ ਛੋਟਾ ਸੀ। ਅੱਛਾ,
ਤੁਸੀਂ ਕਿਹਾ ਕਿ ਮੋਹਨ ਬਚ ਗਿਆ ਸੀ, ਉਦੋਂ ਦੀ ਮੋਹਨ ਨੂੰ ਲੱਭਣ ਦਾ ਜਿਹੜਾ ਤੁਹਾਡਾ ਸਫ਼ਰ ਉਹ ਕਿੱਥੋਂ ਸ਼ੁਰੂ ਹੋਇਆ, ਕਦੋਂ ਤੋਂ ਚੱਲਦਾ ਪਿਆ? ਸਫ਼ਰ ਤਾਂ ਹਟਿਆ ਹੀ ਨਹੀਂ, ਚੱਲਦਾ ਹੀ ਰਿਹਾ। ਜਿੱਥੇ ਵੀ ਗਿਆ, ਜਦੇ ਕਦੇ ਸੁਪਨਿਆਂ 'ਚ, ਕਦੇ ਕਿਸ ਤਰ੍ਹਾਂ, ਹੁਣ ਦਿਖਾਲੀ, ਮਤਲਬ ਆ ਮੂਵੀ ਵੀ ਬਾਅਦ 'ਚ ਬਣੀ, ਦਿਖਾਲੀ ਦਿੱਤੀ ਮੈਨੂੰ ਨਹੀਂ ਸਾਰਿਆਂ ਨੇ। ਉਹ ਕਹਿੰਦੇ ਤੂੰ ਐਵੇਂ ਬਿਲਕੀ ਜਾਂਦਾ, ਅਸੀਂ ਤਾਂ ਸਾਰੇ ਹੀ ਹੈਗੇ ਹਾਂ। ਹਾਂਜੀ, ਮੈਂ ਸਮਝਿਆ ਆਪਣੀ ਬੜੀ ਨੂੰਹ ਨੂੰ ਦੱਸਿਆ, ਮੈਂ ਕਿਹਾ ਇਹ ਤਾਂ ਕੋਈ ਨਵਾਂ ਚੰਦ ਚੱਲਣਾ। ਉਹ ਜਦ ਨੂੰ ਇਹ ਮੂਵੀ ਵਾਲਾ ਆ ਗਿਆ, ਮੈਨੂੰ ਕਹਿੰਦਾ ਮੂਵੀ ਬਣਾ। ਮੈਂ ਕਿਹਾ ਕੀ ਮੈਂ ਮਰਿਆਂ ਦੇ ਨਾਲ ਦੱਸੀ ਜਾਵਾਂ, ਜਿਹੜੀ ਚੀਜ਼ ਲੱਭਣ ਵਾਲੀ ਉਹ ਤਾਂ ਤੁਸੀਂ ਲੱਭਦੇ ਨਹੀਂ। ਕਹਿੰਦਾ ਕੋਈ ਨਹੀਂ ਮਹਾਰਾਜ, ਕਦੋਂ ਲੱਭ ਜਾ। ਮੈਂ ਉਹਨੂੰ ਨਿਸ਼ਾਨੀਆਂ ਲਿਖਾ ਤੀਆਂ, ਮੈਂ ਕਿਹਾ ਆਹ ਨਿਸ਼ਾਨੀਆਂ। ਹੁਣ ਇੱਥੇ ਨੂੰ ਫੋਨ ਕਰਦਾ, ਇਹਨੂੰ ਲੰਬੜਦਾਰ ਦਾ ਪੋਤਾ ਆਇਓ, ਇਹਨੂੰ ਮੂਵੀ ਬਣਾ ਲਈ। ਮੈਂ ਉਹਨੂੰ ਪਛਾਣ ਲਿਆ, ਉੱਥੇ ਜੋ ਸੀ ਇੱਥੇ ਪੜਦੇ ਮਗਲ ਪਾਸੇ ਲੱਗਣ। ਮੂਵੀ ਕਨੇਡਾ 'ਚ ਵੀ ਬਣੀ ਤੁਹਾਡੀ? ਬਣੀ ਆ ਉਹਦੇ 'ਚ ਵੀ, ਪਰ ਫਿਰ ਲੱਜਾ ਨਹੀਂ। ਇਹ ਬੰਦਾ ਜਿਹੜਾ ਸੀ ਨਾ, ਇਹ ਲੁਕੋਈ ਰੱਖਿਆ, ਨਿਕਲਣ ਹੀ ਨਹੀਂ ਦਿੱਤਾ ਅੰਦਰੋਂ। ਹੁਣ ਜਿੱਦਣ ਦੀ ਮੂਵੀ ਬਣ ਗਈ ਨਾ, ਹੁਣ ਉਹ ਥੋੜ੍ਹਾ ਜਿਹਾ ਬਾਹਰ ਫਿਰਨ ਫੁਰਨ ਲੱਗਾ। ਹੁਣ ਤੁਸੀਂ ਮਿਲ ਕੇ ਆਏ, ਕਿਵੇਂ ਦਾ ਰਿਹਾ ਉੱਥੇ, ਉਹਦਾ ਕੀ ਕਹਿਣਾ ਸੀ? ਉਹ ਤਾਂ ਬਹੁਤ ਖੁਸ਼, ਪਰ ਉਹ ਫਿਰ ਵੀ ਉਹ ਜਿੱਦਾਂ ਕਹਿ ਦਿੰਦੇ ਆ ਨਾ, ਚੁੱਪ ਕਰ। ਮੈਂ ਫਿਰ ਉਹਨੂੰ ਪੁੱਛਿਆ ਵੀ ਕੋਈ ਗੱਲ ਹੀ ਚੇਤੇ ਕਰ। ਕਹਿੰਦਾ ਜਦੋਂ ਮੇਰੀ ਮਾਂ ਨੂੰ ਕਹਿੰਦਾ ਵੀ ਜਦੋਂ ਮੈਨੂੰ ਹੁਣ ਘੋੜੀ ਤੋਂ ਫੜਿਆ ਨਾ ਤੇਰੇ ਕੋਲ, ਉਹ ਮੈਨੂੰ ਚੇਤਾ, ਹੋਰ ਕੋਈ ਨਹੀਂ। ਤੁਹਾਨੂੰ ਯਾਦ ਆਉਂਦਾ ਉਹ ਘੋੜੀ ਤੋਂ ਯਾਦ ਆਉਣਾ ਸੀ? ਮੇਰੇ ਨਾਲ ਤਾਂ ਘੋੜੀ ਤੇ ਬੈਠਾ, ਮੈਂ ਨਾਲ ਜਾਣਾ ਚਾਚੇ ਦੇ। ਉਹ ਕਹਿਣ ਲੱਗੇ ਮਾਂ ਸਾਡੀ, ਕਹਿਣ ਲੱਗੀ ਤੇਰੇ ਕੋਲ ਰਾਹ ਚ ਡਿੱਗ ਪਊ। ਭਰਾ ਨੇ ਨੀ ਕੁਛ ਕਿਹਾ, ਭਰਜਾਈ ਨੇ ਵੀ ਲਿਜਾਂਦਾ ਲੈ ਜਾਂਦੇ, ਪਰ ਉਹਨੇ ਲਾ ਲਿਆ। ਮੈਨੂੰ ਕਹਿੰਦੇ ਨਹੀਂ ਵੀ ਇਹ ਹਟਦਾ ਤੇਰੇ ਮਗਰ ਪੈਂਦਾ ਤੇ ਤੂੰ ਨਾ ਜਾ। ਆਪਣਿਆਂ ਨੂੰ ਮਿਲੇ ਹੋ ਹੁਣ, ਉਹਦੇ ਵੀ ਅੱਗੋਂ ਪਰਿਵਾਰ ਵੀ ਆਇਆ ਹੋਏਗਾ ਕੋਈ? ਪਰਿਵਾਰ ਤਾਂ ਬਹੁਤ 22-23 ਜੀ ਆਇਆ ਸੀ, ਅਜੇ ਪਿੰਡ ਛੱਡ ਕੇ ਆਇਆ। ਪਰਿਵਾਰ ਤਾਂ ਉਹਦਾ ਬਹੁਤ ਵੱਡਾ ਹੋ ਗਿਆ। ਉਹ ਜਿਹਦੇ ਕੋਲ ਸੀ ਨਾ, ਉਹਨੇ ਆਪਣੇ ਸਾਲੇ ਦੀ ਕੁੜੀ ਲਿਆ ਕੇ ਇਹਨੂੰ ਵਿਆਹਤੀ। 6 ਮੁੰਡੇ, 3 ਕੁੜੀਆਂ, 9। ਜਿੱਦਾਂ ਮੈਨੂੰ ਦਿਸੇ ਸੀ ਨਾ, ਮੈਂ 11ਵਾਂ ਇਹ ਮੋਹਨ ਸੀ, ਉੱਦਾਂ ਹੀ 10 ਹੋ ਤਾਂ 11ਵਾਂ ਮੋਹਨ, ਇੱਦਾਂ ਦੇ ਇੱਦਾਂ ਹੀ ਮੂਵੀ 'ਚ ਦੱਸਣਾ ਪੈਂਦਾ ਹੀ। ਹੁਣ ਦੁਬਾਰਾ ਵੀ ਜਾਓਗੇ? ਹਾਂ, ਹੁਣ ਦੁਬਾਰਾ ਜਾਓਗੇ ਫਿਰ? ਨਹੀਂ, ਦੁਬਾਰਾ ਹੁਣ ਮੈਂ ਕਿੱਥੇ ਜਾਣਾ? ਮੈਂ ਕਨੇਡਾ। ਉਹ ਸਮਝ, ਮੇਰੀ ਭਤੀਜੀ ਜਿਹੜੀ ਉਹਨੂੰ ਭਾਈ ਨੂੰ ਦਿੱਤੀ ਸੀ, ਜਿਹੜੀ ਇੱਧਰ ਆਈ ਸੀ, ਉਹ ਕਹਿੰਦੀ ਵੀ ਨਹੀਂ ਚਾਚਾ ਮਿਲ ਕੇ ਆ। ਕਨੇਡਾ ਤੋਂ ਵੀ ਜਾਣਗੇ ਪਰਿਵਾਰ ਉੱਥੇ? ਉਹ ਤਾਂ ਜਾਣਾ ਹੀ ਆ, ਮੇਰੇ ਭਤੀਜੇ ਨੇ ਵੀ ਜਾਣਾ, ਭਤੀਜ ਨੂੰ ਉਹਨੇ ਵੀ, ਉਹ ਭਤੀਜੀ ਨੇ ਤਾਂ ਜਾਣਾ ਹੀ ਜਾਣਾ। ਇਹ ਮੇਰਾ ਵੱਡਾ ਭਰਾ ਹੈਗਾ ਕਨੇਡਾ 'ਚ, ਮੇਰੇ ਤੋਂ ਵੱਡਾ 4 ਸਾਲ। ਉਹ ਤਾਂ ਨਹੀਂ ਫਿਰ ਤੋਂ ਤੁਹਾਡਾ ਬਾਲਾ। ਤੁਹਾਡੇ ਨਾਲ ਕੌਣ ਕੌਣ ਗਿਆ ਸੀ? ਹੈਂ, ਤੁਹਾਡੇ ਨਾਲ ਕੌਣ ਕੌਣ ਗਿਆ ਸੀ ਪਰਿਵਾਰ ਦਾ? ਮੇਰੇ ਨਾਲ ਤਾਂ ਮੇਰੀਆਂ ਭਤੀਜੀਆਂ ਸੀ, ਇੱਕ ਮੇਰੀ ਕੁੜੀ ਆ, ਇੱਕ ਭਤੀਜੀ ਆ। ਸਟਾਰ ਕੈਨੇਡਾ ਟੀਵੀ ਦੇ ਲਈ ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ।